ਉਹਦੇ ਬਾਅਦ ਬੇਅਦਬੀ ਦੇ ਬਾਅਦ ਦੂਜੀ ਬੇਅਦਬੀ ਹੋਈਆਂ, ਕੋਈ ਨਹੀਂ ਬੋਲਦਾ। ਕਿਤੇ ਮੰਡ ਦੀ ਬਿਆਨ ਨਹੀਂ ਸੁਣਿਆ ਹੋਣਾ, ਕਿਤੇ ਦਾਦੂ ਵੱਲ ਦਾ ਨਹੀਂ ਸੁਣਿਆ ਹੋਣਾ। ਕਿਉਂ ਹੈ ਕੌਣ? ਉਹ ਸ਼ਕਲਾਂ ਆਪਣੇ ਵਰਗੀਆਂ ਬਣਾਉਂਦੇ ਹੈ ਕੌਮ ਦੇ ਗੱਦਾਰ, ਏਜੰਸੀਆਂ ਦੇ ਬੰਦੇ। ਉਹਨਾਂ ਨੂੰ ਪਤਾ ਏਜੰਸੀਆਂ ਕਹਿੰਦੀਆਂ ਕੰਮ ਸ਼ੁਰੂ ਕਰ ਦਿਓ, ਫਿਰ ਇੱਕਦਮ ਚਾਲੂ ਹੋ ਜਾਂਦੇ ਹੈ। ਅਤੇ ਆਪਾਂ ਉਹਨਾਂ ਨੂੰ ਸੋਚਦੇ ਹਾਂ ਕਿ ਉਹ ਸਿੱਖ ਹੈ। ਨਹੀਂ, ਉਹ ਸਿੱਖ ਦੀ ਪਹਿਰਾਵਾ ਪਾਇਆ, ਉਹਨਾਂ ਦਾ ਨਿਸ਼ਾਨਾ ਪੰਜਾਬ ਨਹੀਂ, ਉਹਨਾਂ ਦਾ ਪੰਜਾਬਾ ਨਿਸ਼ਾਨਾ ਸਿੱਖ ਕੌਮ ਨੂੰ ਤਕੜਾ ਕਰਨਾ ਨਹੀਂ, ਉਹਨਾਂ ਦਾ ਨਿਸ਼ਾਨਾ ਹੈ ਕਿ ਸਿੱਖ ਕੌਮ ਦੀ ਜਥੇਬੰਦੀ ਨੂੰ ਖਤਮ ਕਰਨਾ। ਉਹਨਾਂ ਨੂੰ ਆਹੀ ਆਦੇਸ਼ ਮਿਲਿਆ ਆਪਣੇ ਮਾਲਕ ਜਿਹੜੇ ਇਹਨਾਂ ਦਿੱਲੀ ਬੈਠੇ ਮਾਲਕਾਂ ਤੋਂ। ਆਹ ਬਦਲਾ ਲਿਆਏ, ਕਹਿੰਦੇ ਬਦਲਾ। ਇੱਕ ਤਾਂ ਮੈਂ ਦੇਖਿਆ ਆਪਣੀ ਕੌਮ ਨੂੰ, ਜਿਹੜਾ ਵੀ ਆਉਂਦਾ ਆਪਾਂ ਸੋਚਦੇ ਸਮਝਦੇ ਨਹੀਂ ਕਿ ਉਹ ਹੈ ਕੌਣ, ਪਿਛੋਕੜ ਕੌਣ ਹੈ, ਉਹਨੇ ਕਰਨਾ ਕੀ ਹੈ। ਨਹੀਂ, ਉਹਨੂੰ ਉਹਦੇ ਮਗਰ ਲੱਗ ਜਾਂਦੇ ਹਾਂ। ਜਿਹੜੇ ਆਪਣੇ ਹੈ ਉਹਨਾਂ ਨੂੰ ਆਪਾਂ ਭੁੱਲ ਜਾਂਦੇ ਹਾਂ। ਰੋਜ਼ ਤੁਸੀਂ ਅਰਦਾਸ ਕੀ ਕਰਦੇ ਹੈ? ਰਾਜ ਕਰੇਗਾ ਖਾਲਸਾ, ਅਤੇ ਰਾਜ ਦੇਤਾ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ। ਖਾਲਸੇ ਦਾ ਕਿੱਥੇ ਰਾਜ ਰਿਹਾ? ਜਿਵੇਂ ਮੁਗਲ, ਜਿਵੇਂ ਅੰਗਰੇਜ਼ ਆਪਣੇ ਦੇਸ਼ 'ਤੇ ਹਮਲਾ ਕਰਦੇ ਸੀ, ਉਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ 'ਤੇ ਹਮਲਾ ਕਰਦੀਆਂ, ਪੰਜਾਬ ਨੂੰ ਲੁੱਟ ਕੇ ਚਲੀ ਜਾਂਦੀਆਂ। ਅਤੇ ਜਿਹੜੀ ਆਪਣੀ ਫੌਜ ਹੈ ਉਸ ਤਰਫ ਤੁਸੀਂ ਧਿਆਨ ਦੇਣਾ ਹੀ ਨਹੀਂ, ਤੁਸੀਂ ਆਪਾਂ ਉਹਨੂੰ ਕਮਜ਼ੋਰ ਕਰਨਾ। ਅਸੀਂ ਜਿਉਣਾ ਮਰਨਾ ਇੱਥੇ ਹੈ, ਸਾਡੇ ਵਾਸਤੇ ਸਾਰਾ ਕੁਛ ਪੰਜਾਬ ਹੈ। ਅਸੀਂ ਰਾਤ ਨੂੰ ਸੋਚਦੇ ਹਾਂ, ਸੁਪਨੇ ਲੈਂਦੇ ਹਾਂ ਪੰਜਾਬ ਦੀ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜੀਵਨ ਬਾਰੇ ਤੁਹਾਨੂੰ ਬੱਚਾ ਬੱਚਾ ਜਾਣਦਾ। ਪਿਛਲੇ ਅਕਾਲੀ ਦਲ ਦੇ 103 ਸਾਲ ਦੇ ਇਤਿਹਾਸ ਵਿੱਚ 70 ਸਾਲ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸੇਵਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਤਿਹਾਸ ਵਿੱਚ ਤੁਸੀਂ ਦੇਖ ਲਓਗੇ, ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕੀਤੀ। 40 ਸਾਲ ਤੱਕ ਗਵਾਹੀ ਕੀਤੀ। ਮੈਂ ਤਾਂ ਕਹਿੰਦਾ ਖਾਲਸਾ ਜੀ, ਜੇ ਤੁਸੀਂ ਆਪਣੇ ਜਿੱਥੇ ਬੈਠੇ ਹੈ ਪੰਜਾਬ ਦੇ ਕਿਸੇ ਕੋਨੇ ਚਲੇ ਜਾ, ਕੋਈ ਚੀਜ਼ ਸਰਕਾਰੀ ਦੇਖ ਲਓ ਜਿਹੜੀ ਬਣੀ ਹੋਏ, ਜਾਂ ਕੋਈ ਹਸਪਤਾਲ ਜਾਂ ਕੁਛ ਵੀ ਚੀਜ਼ ਬਣੀ ਹੋਏ, ਪਤਾ ਕਰਾ ਲਿਓ ਉਸ ਪਿੰਡ ਤੋਂ ਜਾਂ ਕਿਸੇ ਤੋਂ ਬਣਾਈ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਨੇ। ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਅਤੇ ਹੋਰ ਕਿਸੇ ਦੀ ਨਹੀਂ ਹੈ। ਜੇ ਮਜੀਠੀਆ ਸਾਹਿਬ ਨੇ ਗੱਲ ਕੀਤੀ ਹੈ, ਲੱਡੂ ਵਾਲੇ ਤਾਂ ਖਤਮ ਹੀ ਕਰਤਾ ਪੰਜਾਬ। ਇੱਕ ਬਟਨ ਦੱਬਦੇ ਹੋ, 5 ਸਾਲ ਭੁਗਤਦੇ ਹੋ। ਇੱਕ ਬਟਨ ਸਹੀ ਆਪਾਂ ਨਹੀਂ ਦੱਬਿਆ, ਪਿਛਲੇ 5 ਸਾਲ ਕਾਂਗਰਸ ਨੇ ਆਪਾਂ ਨੂੰ ਲੁੱਟਿਆ, ਪੰਜਾਬ ਬਰਬਾਦ ਕੀਤਾ, ਉਹਦੇ ਬਾਅਦ ਫਿਰ ਆਪਾਂ ਸਮਝੇ ਨਹੀਂ, ਫਿਰ ਤੋਂ ਬਟਨ ਦਬਾਤਾ, ਚੱਲ ਆ ਗਏ। ਦੇਖੋ ਆਪਣੇ ਪੰਜਾਬ, ਫਿਰ ਆਪਾਂ ਕਹਿੰਦੇ ਪੰਜਾਬ ਪਿੱਛੇ, ਕੌਮ ਪਿੱਛੇ ਹੈ। ਤਾਂਹੀਓ ਮੁੰਡੇ ਬੱਚੇ ਬਾਹਰ ਭੱਜ ਰਹੇ, ਇੱਥੇ ਹੈ ਹੀ ਨਹੀਂ ਕੁਛ। ਆਪਣੇ ਤੋਂ ਸਿਆਣੇ ਦੇਖੋ ਕਿੰਨੇ ਸੂਬੇ ਵਾਲੇ ਹੈ, ਗੁਜਰਾਤ ਵਾਲੇ, ਕੋਈ ਬਦਲਾਅ ਕਰ ਦਿਓ, ਭਾਵੇਂ ਕਾਂਗਰਸ ਜ਼ੋਰ ਲਾ ਲੈ। ਨਹੀਂ, ਅਸੀਂ ਤਾਂ ਮੋਦੀ ਨੂੰ ਪਾਉਣੀ ਆ, ਬਟਨ ਇੱਕੋ ਹੀ ਰੱਖ ਦੇ ਦੱਬ ਕੇ। ਉਹਨੂੰ ਪਤਾ
ਕਿ ਮੋਦੀ ਸਾਡਾ ਕਰਨਾ ਤੇ ਸਾਡਾ ਕੀਤਾ, ਅਸੀਂ ਕੋਈ ਬਦਲਾਅ ਨਹੀਂ ਚਾਹੁੰਦੇ। ਆਹ ਵੀ ਆਹ ਝਾੜੂ ਵਾਲੇ ਨੇ ਝੂਠ ਉੱਥੇ ਹੀ ਜਾ ਕੇ ਬੋਲਿਆ ਸੀ, ਆਹ ਝਾੜੂ ਵਾਲੇ ਨੇ ਝੂਠ ਮੱਧ ਪ੍ਰਦੇਸ਼ ਵੀ ਜਾ ਕੇ ਬੋਲਿਆ ਸੀ, ਰਾਜਸਥਾਨ ਵੀ ਬੋਲਿਆ ਸੀ, ਹਿਮਾਚਲ ਵੀ ਬੋਲਿਆ ਸੀ। ਉਹਨਾਂ ਨੇ ਤਾਂ ਇਹਨਾਂ ਦੇ ਝੂਠ ਸੁਣਿਆ ਅਤੇ ਸਮਝਿਆ, ਇਕੱਲੇ ਆਪਾਂ ਹੀ ਹੈ ਜਿਹੜਾ ਝੂਠ ਆਉਂਦਾ। ਅੱਛਾ ਹੁਣ ਨਵਾਂ ਨਵਜੋਤ ਸਿੱਧੂ ਵੀ ਚੱਲ ਪਿਆ ਅੱਜ ਕੱਲ੍ਹ, ਮੈਨੂੰ ਲੱਗਦਾ ਉਹ ਵੀ ਅਗਲਾ ਬਦਲਾਅ ਤੁਹਾਨੂੰ ਉਹ ਵੀ ਕਹੂਗਾ, ਆਪਾਂ ਫਿਰ ਤੋਂ 5 ਸਾਲ ਦੇ ਦਿਓ, ਕੋਈ ਗੱਲ ਨਹੀਂ, ਜਿੱਥੇ ਹੈ ਲੁੱਟੀ ਜਾ ਰਹੇ ਹੋਰ ਲੁਟਾ ਲਓ, ਬਰਬਾਦ ਆਪਾਂ ਹੋ ਜਾਵਾਂਗੇ, ਆਪਣੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ। 10 ਸਾਲ ਹੋ ਗਏ ਇੱਕ ਇੱਟ ਨਹੀਂ ਦਿਖੀ, ਸੜਕਾਂ ਟੁੱਟੀਆਂ ਪਈਆਂ, ਬੁਰਾ ਹਾਲ ਹੈ। ਮੈਨੂੰ ਕਿਤੇ ਕਿਤੇ ਰੋਣਾ ਆਉਂਦਾ ਜਦੋਂ ਮੈਂ ਦਰਬਾਰ ਸਾਹਿਬ ਜਾਂਦਾ ਮੱਥਾ ਟੇਕਣ, ਵਿਰਾਸਤੇ ਮਾਰਗ ਇੰਨੀ ਸੋਹਣੀ ਬਣਾਈ ਸੀ, ਅੱਜ ਦੇਖੋ ਕੂੜਾ ਪਿਆ, ਸਫਾਈ ਹੈ ਨਹੀਂ, ਲਾਈਟਾਂ ਬੰਦ ਹੈ। ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਇੰਨਾ ਖੂਬਸੂਰਤ ਨਾ ਬਣਾਇਆ ਸੀ, ਸੜਕਾਂ ਟੁੱਟ ਗਈਆਂ, ਰੇਲਿੰਗਾਂ ਟੁੱਟ ਗਈਆਂ, ਬੂਟੇ ਸੁੱਕ ਗਏ ਹੈ। ਅੱਜ ਦੇਖਦੇ ਹਾਂ ਜਿਹੜੀ ਐਡੇ ਪਿੰਡਾਂ ਦੀਆਂ ਸੜਕਾਂ ਅੱਜ ਤੱਕ ਰਿਪੇਅਰ ਨਹੀਂ ਹੋਈਆਂ, ਟੁੱਟੀਆਂ ਪਈਆਂ, ਨਾ ਬਣਨੀਆਂ। ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਆਹ ਝਾੜੂ ਵਾਲਿਆਂ ਨੇ ਅਗਲੇ 3 ਸਾਲ ਇਹਨਾਂ ਦਾ ਉਮੀਦ ਛੱਡ ਦਿਓ, 1 ਰੁਪਿਆ ਗ੍ਰਾਂਟ ਨਹੀਂ ਆਉਣੀ, ਜਿਹੜਾ ਕੁਛ ਆਊਗਾ ਜੇ ਆਇਆ ਵੀ ਉਹ ਫਾਈਨੈਂਸ ਕਮਿਸ਼ਨ ਲਈ ਆਉਂਦਾ ਹਰ ਪਿੰਡ ਨੂੰ ਆਟੋਮੈਟਿਕ, ਜਿਹੜਾ ਪੰਜਾਬ ਸਰਕਾਰ ਨਾਲ ਉਹਦਾ ਕੁਛ ਨਹੀਂ ਹੈ। ਉਹ ਭਾਵੇਂ ਥੋੜ੍ਹਾ ਜਿਹਾ ਆ ਜਾਵੇ, ਪਰ ਜਿਹੜੇ ਨਜ਼ਾਰੇ ਸੀ, ਜਿਹੜੇ ਚਾਹ ਨਾਲ ਅਕਾਲੀ ਦਲ ਲੀਡਰਸ਼ਿਪ, ਅਕਾਲੀ ਤੁਹਾਡੇ ਨਾਲ ਬਹਿੰਦੇ ਸੀ, ਤੁਹਾਡੇ ਨਾਲ ਗੱਲ ਕਰਦੇ ਸੀ, ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਸੀ, ਉਹ ਜਿਹਾ ਮਾਹੌਲ ਅਗਲੇ 3 ਸਾਲ ਨਹੀਂ ਆਉਣਾ, ਨਾ ਪਿਛਲੇ 7 ਸਾਲ ਰਿਹਾ ਹੈ। ਦੇਖੋ ਰਣੀਕੇ ਸਾਹਿਬ ਵੱਡੇ ਬਾਦਲ ਸਾਹਿਬ ਦੇ ਬਹੁਤ ਪੁਰਾਣੇ ਸਾਥੀ ਹੈ, ਹਲੇ ਵੀ ਮੈਂ ਰੋਜ਼ ਦੇਖਦਾ, ਹੁਣ ਮੈਨੂੰ ਟੀਵੀ ਦੇਖਦਾ, ਪਿੰਡ ਪਿੰਡ ਰਹਿੰਦੇ ਹੈ, ਤੁਹਾਡੇ ਵਿੱਚ ਵਿਛੜਦੇ ਹੈ। ਹੁਣ ਤੁਹਾਡੇ ਇੱਥੇ ਕੌਣ ਹੈ ਝਾੜੂ ਵਾਲਾ, ਕਿੱਥੇ ਕਿਹੜਾ ਕਿਤੇ ਆਉਂਦਾ, ਕਿਤੇ ਆ ਝਾੜੂ ਵਾਲਾ ਕਿਤੇ ਆਏ ਆ ਤੁਹਾਡੇ ਪਿੰਡ? ਇੱਕ ਦੱਸਿਓ, ਉਹ ਝਾੜੂ ਵਾਲਿਆਂ ਦੀ ਬਿਮਾਰੀ ਖਤਮ ਹੋਈ ਕਿ ਨਹੀਂ? ਜੇ ਹੱਥ ਖੜੇ ਕਰ ਦਿਓ, ਜੇ ਹੋਊਗੀ ਖਤਮ, ਹੋ ਗਈ ਹੈ ਪਿੰਡਾਂ 'ਚ? ਆਹ ਤਾਂ ਹੋਣਾ, ਛੋਟੀ ਮੋਟੀ ਬੂਟੀ ਵੀ ਨਾ ਰਹੇ ਇਹਨਾਂ ਦੀ। 2 ਮਹੀਨਿਆਂ 'ਚ ਪਾਰਲੀਮੈਂਟ ਇਲੈਕਸ਼ਨ ਆ ਗਿਆ, ਮੈਨੂੰ ਲੱਗਦਾ ਮਾਰਚ ਦੇ ਮਹੀਨੇ 'ਚ, ਜੇ ਇਹਨਾਂ ਨੂੰ ਬੰਦਾ ਬਣਾਉਣਾ, ਇਹਨਾਂ 3 ਸਾਲ ਥੋੜ੍ਹੇ ਮੋਟੇ ਸੌਖੇ ਟੱਪਣੇ ਨਾ, ਇਹਨਾਂ ਨੂੰ ਝਟਕਾ ਦੇ ਦਿਓ।